सिद्धू जोड़ा मुड़ आ सकता है भाजपा की कमांड हेठ, मुड़ सामने आए संकेत। पंजाब की सबका सेहत मंत्री अते क्रिकेटर नवजोत सिंह सिद्धू की पत्नी नवजोत कौर सिद्धू ने मुड़ स्पष्ट किया है कि उन्होंने भाजपा तो किसी किस्म की कोई शिकायत नहीं है। तो जेकर भाजपा अकाली दल नालों नाता तोड़ के पंजाब विच इकल्ले चोण लड़ती है तो सिद्धू जोड़े वालों भाजपा संबंधी मुड़ सोचा जा सकता है। नवजोत कौर सिद्धू के इन बयान नाल एक बार मुड़ यह स्पष्ट हो रहा है कि आने वाले समय दौरान नवजोत सिंह सिद्धू जोड़ा कांग्रेस पार्टी का साथ तोड़ के मुड़ भाजपा की कमांड में चल सकता है। जेकर अजिहा होंदा तो आने वाले समय के पंजाब की सियासत कुछ होर होगी, अकाली दल नूं यह एक वड्डा सियासी झटका होगा। सब तो ज्यादा काम जे किसी एमएलए ने किया ਤਾਂ ਮੈਂ ਕਹਿ ਸਕਦੀ ਹਾਂ ਕਿ ਗਰਭ ਦੇ ਨਾਲ 7-7 ਮਹੀਨੇ ਦਾ ਰਾਸ਼ਨ ਪਹੁੰਚਾਇਆ ਤਾਂ ਨਵਜੋਤ ਸਿੱਧੂ ਨੇ ਪਹੁੰਚਾਇਆ ਆਪਣੀ ਜੇਬਾਂ 'ਚੋਂ 1.5 ਕਰੋੜ ਇਕੱਠਾ ਕਰਕੇ ਰਾਸ਼ਨ ਦੀਆਂ ਦੁਕਾਨਾਂ ਤੋਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਭੁੱਖੇ ਨਹੀਂ ਸੌਣ ਦਿੱਤਾ। ਪੰਜਾਬ ਵਿੱਚ ਚਰਚਿਤ ਸ਼ਰਾਬ ਮਾਫੀਆ ਕਾਂਡ ਦੇ ਸੰਬੰਧ ਵਿੱਚ ਮੌਜੂਦਾ ਸਰਕਾਰ ਖਿਲਾਫ਼ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਰਾਜ ਭਾਰ ਵਿੱਚ ਹੋਈਆਂ 100 ਤੋਂ ਵੱਧ ਮੌਤਾਂ ਲਈ ਜ਼ਿੰਮੇਵਾਰ ਵਿਅਕਤੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀ ਸੰਪਤੀ ਜ਼ਬਤ ਕਰਕੇ ਪੀੜਤ ਪਰਿਵਾਰਾਂ ਦੀ ਮਾਲੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ। ਉਹਦੇ ਬਾਰੇ ਅਸੀਂ ਪਰਿਵਾਰਾਂ ਨੂੰ ਦੇਖੋ ਮੈਂ ਐਜ਼ ਅ ਡਿਸਟਿੰਕ ਕਿਉਂਕਿ ਉਹ ਐਡਮਿਨਿਸਟ੍ਰੇਸ਼ਨ ਦਾ ਕੰਮ ਹੁੰਦਾ ਉਹਨਾਂ ਦਾ, ਕਿਉਂਕਿ ਅਸਲੀ ਕਲਪ੍ਰਿਟ ਕੌਣ ਹੈ ਮੈਨੂੰ ਪਤਾ ਨਹੀਂ। ਮੈਂ ਦਾਰੂ ਦੇ ਠੇਕਿਆਂ 'ਚ ਹੈ ਨਹੀਂ, ਜਿਹੜਾ ਹੈਗਾ ਅਸਲੀ ਕਲਪ੍ਰਿਟ ਫੜ ਕੇ ਕਿਸੇ ਵੀ ਹਾਲਤ 'ਚ ਉਹ ਬਚਣਾ ਨਹੀਂ ਚਾਹੀਦਾ। ਜਾਇਦਾਦਾਂ ਇਹਨਾਂ ਦੀਆਂ ਜ਼ਬਤ ਕਰਕੇ ਦੇਖੋ ਇਹ ਜਦੋਂ ਬੇਲ 'ਤੇ ਛੱਡਣਗੇ ਜਾਂ ਅਸਲੀ ਕਲਪ੍ਰਿਟ ਨੂੰ ਛੱਡਣਗੇ ਫਿਰ ਹੌਸਲਾ ਵਧੇਗਾ। ਜਦੋਂ ਤੱਕ ਵੱਡੀਆਂ ਮੱਛੀਆਂ ਨੂੰ ਆਪਾਂ ਨਹੀਂ ਟੰਗਦੇ, ਉਹਨਾਂ ਦੀਆਂ ਜਾਇਦਾਦਾਂ ਦੀ ਕੁੜਕੀ ਨਹੀਂ ਕਰਦੇ ਅਤੇ ਉਹ ਪਰਿਵਾਰਾਂ 'ਚ ਨਹੀਂ ਵੰਡਦੇ ਉਦੋਂ ਤੱਕ ਆਪਾਂ ਨੂੰ ਅਕਲ ਨਹੀਂ ਆਉਣੀ। दस दिए कि श्रीमती सिद्धू अज मानसा के कस्बा पीखी विखे डेरा बाबा बलवंत मुनी के डेरे से नतमस्तक होने और आशीर्वाद लैण लई पुजे सन, जिथे उन्होंने पत्रकारों नाल गल करते हुए भाजपा संबंधी स्पष्टीकरण दिता। पीबीसी न्यूज़ लई मानसा तो विनोद गोयल की रिपोर्ट।